ਤੁਰੇ ਪਲਾਣੇ ਪਾਉਣ ਵੇਖ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਈ ਹਾਰਿਆ ਕਰ ਫੁਰਮਾਏ ਸਿਖਾਇਆ ਵੇਖ ਮਹਿਲਤ ਮਰਨੂ ਵਿਸਾਰਿਆ ਜਰ ਆਈ ਜੋ ਬਨ ਹਾਰਿਆ ਜਰ ਆਈ ਜੋ ਬਨ ਹਾਰਿਆ ਆਸਾ ਦੀਵਾਰ ਦੀ 17ਵੀਂ ਪੌੜੀ ਜਿਹਦੇ ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਮੂਲ ਨਸ਼ੇ ਦਾ ਜ਼ਿਕਰ ਕੀਤਾ ਹੈ ਜਿਸ ਦੇ ਚ ਮਨੁੱਖ ਸੱਚ ਨੂੰ ਭੁੱਲ ਜਾਂਦਾ ਹੈ, ਪ੍ਰਭੂ ਨੂੰ ਭੁੱਲ ਜਾਂਦਾ ਹੈ। ਇੱਕ ਨਸ਼ਾ ਸ਼ਰਾਬ, ਅਫੀਮ, ਭੰਗ, ਚਰਸ, ਸੁਲਫਾ, ਗਾਂਜਾ ਇਤਿਹਾਸਕ। ਇਹ ਨਸ਼ਾ ਕਿਧਰੇ ਚੜ ਜਾਏ ਤੇ ਮਨੁੱਖ ਆਪਣਾ ਨਾਮ ਭੁੱਲ ਜਾਂਦਾ ਹੈ, ਆਪਣਾ ਬਾਹਰ ਦਾ ਘਰ ਭੁੱਲ ਜਾਂਦਾ ਹੈ। ਲੇਕਿਨ ਜੋਬਨ ਦਾ ਨਸ਼ਾ, ਧਨ ਦਾ ਨਸ਼ਾ, ਪ੍ਰਭਤਾ ਦਾ ਨਸ਼ਾ ਐਸਾ ਨਸ਼ਾ ਹੈ ਜਿਹਦੇ ਚ ਮਨੁੱਖ ਸੱਚ ਦਾ ਘਰ ਭੁੱਲ ਜਾਂਦਾ ਹੈ, ਪ੍ਰਭੂ ਦਾ ਘਰ ਭੁੱਲ ਜਾਂਦਾ ਹੈ। ਉਸ ਮੂਲ ਨਸ਼ੇ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਔਰ ਮਨੁੱਖ ਦੀਆਂ ਕੁਝ ਬੁਨਿਆਦੀ ਕਮਜ਼ੋਰੀਆਂ ਦਾ। ਮਨੁੱਖ ਦਾ ਸਾਰਾ ਜੀਵਨ ਜਿਨ੍ਹਾਂ ਵਸਤੂਆਂ ਦੀ ਖਾਤਰ ਦਾਅ ਤੇ ਲੱਗ ਜਾਂਦਾ ਹੈ ਉਹਨੇ ਇਹ ਤੁਰੇ ਪਲਾਣੇ ਪਾਉਣ ਵੇ ਹਰ ਰੰਗੀ ਹਰਮ ਸਵਾਰਿਆ। ਪੁਰਾਣਾ ਜ਼ਮਾਨਾ, ਅਸਵਾਰੀ ਦਾ ਸਾਧਨ ਸੀ ਘੋੜੇ, ਔਰ ਜਿਸਦੇ ਅਸਤਬਲ ਵਿੱਚ ਇਰਾਕੀ ਘੋੜੇ ਬਣੇ ਹੋਣ, ਖੂਬਸੂਰਤ ਔਰ ਹਵਾ ਨਾਲ ਗੱਲ ਕਰਨ ਵਾਲੇ, ਐਸੇ ਘਰ ਦੀ ਸਮਾਜਿਕ ਤਲ ਤੇ ਬੜੀ ਸ਼ੋਭਾ ਸੀ, ਬੜੀ ਗੱਲ ਸੀ। ਮਹਾਰਾਜ ਕਹਿੰਦੇ ਘੋੜੇ ਐਸੇ ਹੋਵਣ ਕਿ ਪਵਨ ਦੇ ਸਮਾਨ ਚੱਲਣ, ਔਰ ਉੱਪਰ ਸੋਨੇ ਦੀਆਂ ਕਾਠੀਆਂ ਪਈਆਂ ਹੋਣ। ਸਿਰਫ ਇਤਨਾ ਹੀ ਨਹੀਂ, ਹਰ ਰੰਗੀ ਹਰਮ ਸਵਾਰਿਆ, ਹਰ ਤਰ੍ਹਾਂ ਦੇ ਰੰਗ ਦੇ ਨਾਲ ਹਰਮ ਨੂੰ ਸਵਾਰਿਆ ਗਿਆ, ਘਰ ਨੂੰ ਸਵਾਰਿਆ ਜਾਏ, ਸ਼ਿੰਗਾਰਿਆ ਜਾਏ, ਜਿਸ ਦੇ ਵਿੱਚ ਕਿ ਇਹ ਰਹਿੰਦਾ ਹੈ। ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ, ਬੜਾ ਲੰਬਾ ਚੌੜਾ ਪਸਾਰਾ, ਕਿਤਨਾ ਵੱਡਾ ਪਸਾਰਾ, ਬੜੇ ਵੱਡੇ ਵੱਡੇ ਮਹਿਲ, ਕੋਠੇ, ਮਾੜੀਆਂ ਔਰ ਹੋਰ ਬਹੁ ਪ੍ਰਕਾਰ ਦੇ ਲੰਬੇ ਪਸਾਰੇ। ਚੀਜ ਕਰਨ ਮਨ ਭਾਵ ਦੇ ਹਰ ਬੁੱਝਣ ਨਾਹੀ ਹਾਰਿਆ, ਜੋ ਮਨ ਚਾਹੁੰਦਾ ਹੈ ਉਸ ਚੀਜ਼ ਨੂੰ ਵਰਤਣਾ ਹੈ, ਖਾਣਾ ਹੈ, ਹੰਡਾਣਾ ਹੈ, ਕੀ ਜੋ ਮਨ ਭਾਉਂਦਾ ਹੈ। ਪਰ ਸਾਹਿਬ ਕਹਿੰਦੇ ਹਰ ਬੁੱਝਣ ਨਾਹੀ ਹਾਰਿਆ। ਇਸ ਤਰ੍ਹਾਂ ਦੇ ਬੰਦੇ ਹਰੀ ਨੂੰ ਬੁੱਝਦੇ ਨਹੀਂ, ਹਰੀ ਨੂੰ ਸਮਝਦੇ ਨਹੀਂ, ਹਾਰ ਜਾਂਦੇ ਨੇ ਜੀਵਨ ਦੀ ਬਾਜ਼ੀ। ਜੀਵਨ ਮਿਲਿਆ ਸੀ ਜਿੱਤਣ ਲਈ, ਹਾਰ ਜਾਂਦੇ ਨੇ, ਜੀਵਨ ਗਵਾ ਛੱਡਦੇ ਨੇ। ਲੇਕਿਨ ਦੇਖਣ ਦੇ ਚ ਆਇਆ ਹੈ ਤ੍ਰਿਪਤੀ ਨਸੀਬ ਨਹੀਂ ਹੁੰਦੀ, ਤ੍ਰਿਪਤ ਮਨੁੱਖ ਹੀ ਜੀਵਨ ਜੇਤੂ ਹੈ ਔਰ ਤ੍ਰਿਸ਼ਨਾਲੂ ਮਨੁੱਖ ਹੀ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ। ਇਹੀ ਕਾਰਨ ਹੈ ਕਿ ਧਰਮ ਦਾ ਮੂਲ ਗੁਣ ਵੀ ਸੰਤੋਖ ਹੀ ਮੰਨ ਲਿਆ ਗਿਆ। ਵਿਚਾਰਵਾਨ ਦਾਰਸ਼ਨਿਕ ਲੋਕ ਅਧਰਮ ਦਾ ਮੂਲ ਔਗੁਣ ਬੁਨਿਆਦ ਦੱਸਦੇ ਨੇ ਅਸੰਤੁਸ਼ਟੀ, ਤੇ ਧਰਮ ਦਾ ਮੂਲ ਸੰਤੁਸ਼ਟ ਸੰਤੋਖ। ਅਸੰਤੁਸ਼ਟੀਆਂ ਤਿੰਨ ਤਰ੍ਹਾਂ ਦੀਆਂ ਆਉਂਦੀਆਂ ਨੇ, ਦੋ ਦਾ ਸੰਬੰਧ ਸੰਸਾਰ ਨਾਲ ਹੈ ਤੇ ਦੋ ਦਾ ਸੰਬੰਧ ਪਰਮਾਰਥ ਨਾਲ ਹੈ। ਜਿਹੜੀਆਂ ਸੰਸਾਰਿਕ ਅਸੰਤੁਸ਼ਟੀਆਂ ਨੇ ਉਹ ਨੇ ਇਹ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ
ਤੇ ਤੀਸਰੀ ਜਿਹੜੀ ਪਰਮਾਰਥਿਕ ਅਸੰਤੁਸ਼ਟੀ ਹੈ ਉਹਨੂੰ ਕਹਿੰਦੇ ਨੇ ਵਿਅਕਤੀਗਤ ਅਸੰਤੁਸ਼ਟੀ। ਬਸ ਹੋਰ ਕੋਈ ਅਸੰਤੁਸ਼ਟੀ ਹੈ ਹੀ ਨਹੀਂ। ਅਗਰ ਕੋਈ ਮਨੁੱਖ ਅਸੰਤੁਸ਼ਟ ਹੈ ਤਾਂ ਪਰਿਵਾਰਕ ਤਲ ਤੇ ਅਸੰਤੁਸ਼ਟ ਹੋਵੇਗਾ ਜਾਂ ਵਿਵਹਾਰਕ ਤਲ ਤੇ ਅਸੰਤੁਸ਼ਟ ਹੋਵੇਗਾ ਜਾਂ ਫਿਰ ਵਿਅਕਤੀਗਤ ਆਪਣੇ ਆਪ ਵਿੱਚ ਅਸੰਤੁਸ਼ਟ ਹੋਵੇਗਾ। ਪਰਿਵਾਰਕ ਅਸੰਤੁਸ਼ਟੀ ਇਹ ਵਿਆਪਕ ਹੈ ਕਿਉਂਕਿ ਮਨੁੱਖ ਇਹ ਸੋਚਦਾ ਹੈ ਜੈਸੇ ਮੇਰੇ ਬੱਚੇ ਹੋਣੇ ਚਾਹੀਦੇ ਸਨ ਵੈਸੇ ਨਹੀਂ ਨੇ, ਜੈਸੇ ਮੇਰੇ ਮਾਂ ਬਾਪ ਹੋਣੇ ਚਾਹੀਦੇ ਸਨ ਵੈਸੇ ਨਹੀਂ ਨੇ, ਜੈਸੀ ਮੇਰੀ ਪਤਨੀ ਹੋਣੀ ਚਾਹੀਦੀ ਸੀ ਜਾਂ ਪਤੀ ਹੋਣਾ ਚਾਹੀਦਾ ਸੀ ਵੈਸੇ ਨਹੀਂ ਨੇ। ਇਸ ਤਰ੍ਹਾਂ ਦਾ ਮਨੁੱਖ ਜੋ ਪਰਿਵਾਰਕ ਤਲ ਤੇ ਅਸੰਤੁਸ਼ਟ ਹੈ ਹਰ ਵਕਤ ਆਪਣੀ ਬੇਚੈਨੀਆਂ ਚ ਉਲਝਿਆ ਰਹੇਗਾ, ਹਰ ਵਕਤ ਪਰੇਸ਼ਾਨੀ ਦਾ ਬੋਝ ਉਹਦੇ ਦਿਲ ਦਿਮਾਗ ਦੇ ਉੱਪਰ ਹੋਵੇਗਾ ਕਿਉਂਕਿ ਅਸੰਤੁਸ਼ਟ ਹੈ। ਔਰ ਇਹ ਪਰਿਵਾਰਕ ਅਸੰਤੁਸ਼ਟੀ ਕਲੇਸ਼ ਦਾ ਬਾਇਸ ਬਣਦੀ ਹੈ, ਗ੍ਰਹਿ ਕਲੇਸ਼ ਤੇ ਘਰ ਦਾ ਕਲੇਸ਼, ਘਰ ਦਾ ਦੁੱਖ ਕਿਤਨਾ ਵੱਡਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਸਕ੍ਰਿਤੀ ਸ਼ਲੋਕ ਵਿੱਚ ਇਸ ਦਾ ਜ਼ਿਕਰ ਕੀਤਾ ਹੈ, ਗਿਰੰਤ ਗਿਰ ਪਤਤ ਪਾਤਾਲਮ ਜਲੰਤ ਦੇ ਦੀਪ ਬੈ ਸਾਂਤਰੇ ਬਹੰਤ ਅਥਾ ਤੋਯੰ ਤੋਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰਤ ਮਰਨੰ। ਕੋਈ ਮਨੁੱਖ ਬਹੁਤ ਉੱਚੀ ਬੁਲੰਦੀਆਂ ਤੋਂ ਗਿਰ ਰਿਹਾ ਹੋਵੇ, ਹਿਮਾਲਿਆ ਦੀ ਚੋਟੀ ਤੋਂ, ਗਿਰੰਤ ਗਿਰ ਪਤਤ ਪਾਤਾਲ ਖੱਡ ਵਿੱਚ ਗਿਰ ਰਿਹਾ ਹੋਵੇ, ਪਾਤਾਲ ਵਿੱਚ ਗਿਰ ਰਿਹਾ ਹੋਵੇ ਪਹਾੜ ਦੀ ਚੋਟੀ ਤੋਂ, ਜਲੰਤ ਦੇ ਦੀਪ ਬੈ ਸਾਂਤਰੇ ਜਵਾਲਾਮੁਖ ਦੀ ਅੱਗ ਦੇ ਵਿੱਚ ਜਲ ਰਿਹਾ ਹੋਵੇ, ਸੜ ਰਿਹਾ ਹੋਵੇ, ਛੋਲੇ ਬਲ ਦੀ ਅੱਗ ਉਹਦੇ ਚ ਜਲ ਰਿਹਾ ਹੋਵੇ, ਜਾਂ ਫਿਰ ਅਥਾਹ ਸਾਗਰ ਦੀਆਂ ਲਹਿਰਾਂ ਵਿੱਚ ਗੋਤੇ ਖਾ ਰਹੇ ਹੋਵੇ, ਡੁੱਬ ਰਹੇ ਹੋਵੇ। ਇਤਨਾ ਵੱਡਾ ਇਹ ਜੋ ਕਸ਼ਟ ਹੈ, ਦੁੱਖ ਹੈ, ਮਹਾਰਾਜ ਕਹਿੰਦੇ ਨੇ ਦੁਖੰਤ ਗ੍ਰਹਿ ਚਿੰਤਾ ਜਨਮੰਤ ਮਰਨੰ। ਇਹਨਾਂ ਸਾਰੇ ਦੁੱਖਾਂ ਨਾਲੋਂ ਵੀ ਘਰੇਲੂ ਕਲੇਸ਼ ਜਿਹੜਾ ਹੈ ਇਹ ਜ਼ਿਆਦਾ ਦੁਖਦਾਈ ਹੈ, ਘਰ ਦੀ ਜਿਹੜੀ ਚਿੰਤਾ ਹੈ ਇਹ ਜ਼ਿਆਦਾ ਦੁਖਦਾਈ ਹੈ, ਕਿਉਂ ਕਿ ਇਹ ਜਨਮ ਤੇ ਮਰਨ ਦਾ ਕਾਰਨ ਬਣਦੀ ਹੈ, ਬਾਰ ਬਾਰ ਜਮਾਂ ਦੀ ਮਾਰ ਦਾ ਇਹ ਕਾਰਨ ਬਣਦੀ ਹੈ। ਜਦਕਿ ਜਲ ਦੇ ਚ ਮਨੁੱਖ ਡੁੱਬ ਗਿਆ, ਮਰ ਗਿਆ, ਪੰਜ ਦਸ ਮਿੰਟ ਦਾ ਕਸ਼ਟ, ਅੱਗ ਦੇ ਸੜ ਗਿਆ, ਦਸ ਵੀਹ ਮਿੰਟ ਦੀ ਤਕਲੀਫ, ਪਹਾੜ ਦੀ ਬੁਲੰਦ ਚੋਟੀ ਤੋਂ ਥੱਲੇ ਗਿਰਿਆ, ਹੱਡੀਆਂ ਚੂਰ ਚੂਰ ਹੋ ਗਈਆਂ ਨੇ, ਤੜਪਿਆ, ਅੱਧਾ ਘੰਟਾ ਘੰਟਾ ਬਸ ਇੰਨੀ ਤਕਲੀਫ। ਪਰ ਗ੍ਰਹਿ ਕਲੇਸ਼ ਜਿਹੜਾ ਹੈ, ਘਰੇਲੂ ਕਲੇਸ਼, ਘਰੇਲੂ ਵਿਪਤਾ ਝਗੜੇ, ਇਹ ਇਤਨੇ ਵੱਡੇ ਕਲੇਸ਼ ਨੂੰ ਜਨਮ ਦਿੰਦੇ ਨੇ, ਕਸ਼ਟ ਨੂੰ ਜਨਮ ਦਿੰਦੇ ਨੇ ਕਿ ਮਨੁੱਖ ਬਾਰ ਬਾਰ ਜੰਮਦਾ, ਬਾਰ ਬਾਰ ਮਰਦਾ ਹੈ, ਔਰ ਹਰ ਜਨਮ ਵਿੱਚ ਦੁੱਖ ਭੋਗਦਾ ਹੈ ਔਰ ਦੁੱਖ ਵਿੱਚ ਮਰ ਜਾਂਦਾ ਹੈ। ਦੁੱਖ ਦੀ ਯਾਤਰਾ ਬਹੁਤ ਲੰਬੀ ਹੋ ਜਾਂਦੀ ਹੈ ਉਸ ਮਨੁੱਖ ਦੀ ਜੋ ਘਰੇਲੂ ਕਲੇਸ਼ ਵਿੱਚ ਜੀ ਰਿਹਾ। ਤੇ ਘਰੇਲੂ ਕਲੇਸ਼ ਵਿੱਚ ਕੌਣ ਹੈ ਜੋ ਅਸੰਤੁਸ਼ਟ ਹੈ? ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਰਿਵਾਰਕ ਤੌਰ ਤੇ ਅਸੰਤੁਸ਼ਟ। ਸਾਰੀ ਦੁਨੀਆ ਵਿੱਚ ਇਹ ਅਸੰਤੁਸ਼ਟੀ ਵਿਆਪਕ ਹੈ, ਕੋਈ ਆਪਣੀ ਮਾਂ ਤੋਂ ਅਸੰਤੁਸ਼ਟ, ਕੋਈ ਆਪਣੇ ਪਿਤਾ ਤੋਂ, ਕੋਈ ਆਪਣੇ ਬੱਚਿਆਂ ਤੋਂ ਅਸੰਤੁਸ਼ਟ, ਕੋਈ ਆਪਣੀ ਪਤਨੀ ਤੋਂ, ਕੋਈ ਆਪਣੇ ਪਤੀ ਤੋਂ, ਕੋਈ ਭਰਾਵਾਂ ਤੋਂ ਅਸੰਤੁਸ਼ਟ ਹੈ, ਤੋ ਕੋਈ ਮਿੱਤਰਾਂ ਦੋਸਤਾਂ ਤੋਂ ਅਸੰਤੁਸ਼ਟ ਹੈ। ਕਹਿੰਦਾ ਜੈਸੇ ਮੇਰੇ ਦੋਸਤ ਹੋਣੇ ਚਾਹੀਦੇ ਸਨ ਵੈਸੇ ਨਹੀਂ ਨੇ, ਜੈਸਾ ਮੇਰਾ ਭਰਾ ਹੋਣਾ ਚਾਹੀਦਾ ਸੀ ਵੈਸਾ ਨਹੀਂ ਹੈ, ਜੈਸੀਆਂ ਮੇਰੀਆਂ ਭੈਣਾਂ ਹੋਣੀਆਂ ਚਾਹੀਦੀਆਂ ਸਨ ਵੈਸੀਆਂ ਨਹੀਂ ਨੇ, ਔਰ ਜੈਸੀ ਮੈਨੂੰ ਪਤਨੀ ਚਾਹੀਦੀ ਸੀ ਵੈਸੇ ਨਹੀਂ ਹੈ, ਜੈਸਾ ਪਤੀ ਹੋਣਾ ਚਾਹੀਦਾ ਸੀ ਵੈਸਾ ਨਹੀਂ ਹੈ। ਇਸ ਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ।
जो परिवारक तल ते असंतुष्ट है अपनिया असंतुष्टियां च उलझिया रहेगा, फसिया रहेगा और रोज रोज ए असंतुष्टि अपना वजन वधाएगी, अपना भार वधाएगी और मनुख इसे ही बोझ दे थले दब के रह जाएगा, फंस के रह जाएगा। परिवारिक असंतुष्टि तो बाद दूसरी असंतुष्टि है व्यवहारिक असंतुष्टि। जैसी मेरी प्रालब्ध है, जैसी मेरी उपजीविका है, जैसी मेरी आमदन है, मैं इस तो संतुष्ट नहीं। इसनु कहने ने व्यवहारिक असंतुष्टि। परिवारिक असंतुष्टि, व्यवहारिक असंतुष्टि, ये दो असंतुष्टियां इतनिया प्रबल ने कि ऐसा असंतुष्ट मनुख हर वक्त उलझन दे चोवेगा, हर वक्त कल्पनावां दा ताना पेटा बुनदा रहेगा, हर वक्त तनाव अपने सिर ते रखेगा और अपना जीवन गवाई जाएगा, गवाई जाएगा। ये दो असंतुष्टियां व्यापक तौर ते संसार विच मौजूद ने और इन्हां दो असंतुष्टियां दा नां है परिवारिक असंतुष्टि, व्यवहारिक असंतुष्टि। एक तीसरी असंतुष्टि है जिसनु कहिंदे ने व्यक्तिगत असंतुष्टि। ये परमार्थिक है, ये धार्मिक है। व्यक्तिगत असंतुष्टि, जो व्यक्तिगत तल ते असंतुष्ट है, इस तरह के बंदे नु भगत कहिंदे ने, साधक कहिंदे ने, ये परिवारक तल ते संतुष्ट है। कहिंदा जैसा मेरा परिवार है ठीक है, जैसे मां बाप ने ठीक ने, जैसे बहन ते भरा ने बिल्कुल ठीक ने, जैसी पत्नी है, जैसा पति है, ये तो ठीक ने, और जैसी मेरी प्रालब्ध है ये भी ठीक है, पर जैसा मैं हां मैं ठीक नहीं। ये अपने आप दे असंतुष्ट होंदा है, कहिंदा हे प्रभु बाकी ते सब कुछ ठीक है, मेरा परिवार ठीक, मेरी उपजीविका भी ठीक, प्रालब्ध भी ठीक, पर की करा हे प्रभु मैं ठीक नहीं। तो ये तीन तरह दियां असंतुष्टियां ने, परिवारिक असंतुष्टि, व्यवहारिक असंतुष्टि, व्यक्तिगत असंतुष्टि। अक्सर देखा गया है कि दो ही असंतुष्टियां दे सारा संसार घूम रहा है, परिवारिक असंतुष्टि और व्यवहारिक असंतुष्टि। घर घर दे कलेश है परिवारिक असंतुष्टि करके, और कलेश तो पैदा हुई पीड़ा जन्म ते मरण का कारण बनती है। ते कलेश पैदा होंदा इत्थों पुत्र मां बाप तो संतुष्ट नहीं और मां बाप बच्चियां तो संतुष्ट नहीं, पति पत्नी तो संतुष्ट नहीं और पत्नी पति ते संतुष्ट नहीं। सारी दुनिया दियां अदालतां तलाक दे मुकदमियां नाल भरियां पईयां ने। कारण किधरे पति संतुष्ट नहीं है, किधरे पत्नी संतुष्ट नहीं है, ते असंतुष्टि कलेश नु जन्म देंदी है। सारी दुनिया दियां अदालतां विच भरावां दे मुकदमे, भाई भाई दे मुकदमे, एक भरा दूसरे भरा ते संतुष्ट नहीं है। इसनु कहिंदे ने परिवारक असंतुष्टि और इहदे नाल परिवार नरक बन जांदा है। इस तरह दे बंदे नु होर दोजक दे जाण दी लोड़ नहीं, उसका परिवार ही दोजक है, दोजक है जो परिवारक तल ते असंतुष्ट है। व्यवहारक असंतुष्टि, ऐसे मनुख दा धंधा ही नरक है, क्योंकि अपने धंधे विच अपने व्यवहार विच संतुष्ट नहीं, अपनी प्रालब्ध ते संतुष्ट नहीं, अपनी उपजीविका ते संतुष्ट नहीं। तो ऐसा मनुख धंधा करदे होया, कम करदे होया, किसी हद तक नरक ही भोगेगा, क्योंकि संतुष्ट नहीं है। लेकिन एक तीसरी असंतुष्टि जो धर्म नु जन्म देंदी है, सच नु जन्म देंदी है, प्रभु दे नेड़े ले आउंदी है, व्यक्तिगत असंतुष्टि। हे प्रभु बाकी ते सब कुछ ठीक है, जैसा मेरा परिवार है ठीक है, जैसी मेरी प्रालब्ध है ठीक है,
پر جیسا میں ہاں میں ٹھیک نہیں۔ وید کہندے نے مجھ اوگن سہ نہ ہی دوس، اے پربھو تیرے تے کوئی دوش نہیں، جی تیری کرپا تیری بخشش دا میں اجے تک پاتر نہیں بن سکیا، تیرے تو اجے تک مینوں جے آنند دی پراپتی نہیں ہو سکی تو کمی میرے وچ ہے، دوش میرے وچ ہے، مجھ اوگن سہ نہ ہی دوش۔ ای جڑی ویکتیگت اسنتوشٹی ہے اس دے منک اس ڈھنگ دی سادھنا کردا ہے کہ اپنے آپ نو مہان بناندا ہے، پاتر بناندا ہے، تے جس دن پاترتا بن جاندی ہے اس دن پرم آنند دی پراپتی ہو جاندی ہے۔ جو ویوہارک تے پروارک اسنتوشٹی چ پھسیا ہویا ہے وہ بہت کچھ بھی بنا لوے تے بہت کچھ بھی پراپت کر لوے۔ صاحب گرو نانک دیو جی مہاراج کہندے نے کہ زندگی دی بازی ہار جائے گا، باویں بہت کچھ پراپت کر لوے کہ نہ کچھ پراپت کر لوے۔ مہاراج کہندے نے تورے پلانے پاؤن وے ہر رنگی ہرم سواریا، گھر وچ گھوڑے ایسے ہون، اسواری دے سادن ایسے ہون کہ ہوا نال گل کرن، اور گھوڑیاں دے اوپر کاٹھیاں پئیاں ہون سونے دیاں، ہر طرح دے رس تے رنگ دے نال ہرماں نوں سوار لیا جائے۔ منک اپنے ہرم وچ من بھاؤں دے پدارتھاں نوں رکھ لوے تے پون نال گلاں کردے ہوئے گھوڑے، پھر اچیاں اچیاں ماڑیاں کوٹھے تے منڈپ، کوٹھے منڈپ ماڑیاں لائے بیٹھے کرپا سارے بہت لمبا پسارا، بڑیاں بڑیاں حویلیاں، بڑیاں بڑیاں اچیاں عمارتاں۔ دراصل زمین دے تے جد مکان اچا اٹھدا ہے اے وچ منک اپنی اچتائی سمجھ لیندا ہے، میں اچا اٹھ گیا، یہی کارن ہے کہ مکان نو اچا اٹھانا چاہندا ہے۔ ہن مکان ہی اچا نہیں اٹھیا، میں بھی اچا اٹھ گیا، یہ میرا جھنڈا ہی اچا نہیں ہویا، میرا دھرم اچا ہو گیا، میرا ویکتیگت جیون اچا ہو گیا، میرا سماج تل اچا ہو گیا، میرا دیش اچا ہو گیا۔ اس واسطے کہندے نے کہ ماڑی کوٹھا نیواں نہیں چاہیدا، اچا چاہیدا، جھنڈا اچا چاہیدا، بلند چاہیدا، بلند جھنڈا بلندی دی نشانی جو ہے بن جاندا ہے۔ تو صاحب کہندے نے اے اچیاں اچیاں ماڑیاں کسے حد تک ہر ویکتی دے اپنے اپنے جھنڈے نے جو اس نے زمین دتے گاڑے ہوئے نے جگت نو دسن لئی کہ اے میرا جھنڈا ہے اور اتنا اچا ہے، اتنا بلند ہے۔ مہاراج کہندے نے اگر اس طرح دا وی کسے نے پسارا کیتا ہوئے بڑے وڈے وڈے محل کوٹھے منڈپ تے ماڑیاں تے انہاں دے ہر طرح دا ہار شنگار موجود ہوئے، ہر طرح دا رس موجود ہوئے، تے اسواریاں لئی گھوڑے بوئے تے بنے پئے ہون، استبل وچ موجود ہون جو ہوا نال گل کر دے ہون۔ پھر ستگرو کہندے نے چیز کرن من بھاو دے، جو من چاہے کھان نو، جو من چاہے پہنن نو، جو من چاہے دیکھن نو، ہر طرح دا ساز و سمان او مہیا کر لوے، پراپت کر لوے۔ ادھر من وچ اچھا پیدا ہوئی، ادھر اس دی پورتی ہو گئی۔ منکھ دے پراناں وچ اس دی بڑی پربل پیاس ہے کہ میری اچھا تت چھن پوری ہونی چاہی دی، اس دے دیر نہیں لگنی چاہی دی۔ ایک کلپنا دی گو بھی منکھ نے بنائی ہے جنہوں کہندے نے کام دھین گو، جو تت چھن کامنا دی پورتی کر دین دیئے، ادھر کامنا کرو ادھر پوری ہو گئی۔ اس طرح کلپنا دا ایک برکش بھی بنایا ہے جنہوں کہندے نے کلپ برکش، ادھر کلپنا کرو تا ادھر اس درخت نے ساریاں کلپناواں دی پورتی کر دیتی، ساری اچھ دی پورتی کر دیتی۔ تو میں اس کراں سمو برہمنڈ وچ کوئی ایسا برکش نہیں ہے جے دے تھلے بیٹھو کلپنا کرو تے تت چھن پوری ہو جائے۔ گواں تے نے پر کام دھن گو کلپنا دی گو ہے، برکش تے بتھیرے نے پر کلپ برکش واقعی کلپنا دا ہی برکش ہے، کیونکہ منکھ دی کلپنا دے اندر بار بار اے دور چلدا ہے
کہ کچھ ایسا ہوئے کہ میں اچھا کراں تے تتچھن پوری ہو جائے۔ کوئی ایسا پہاڑ، کوئی ایسا دیوتا، کوئی ایسا سنت، کوئی ایسی گو، کوئی ایسا برکس، کوئی ایسا گرہ، کوئی ایسا نچھتر ہوئے کہ جس دے سامنے میں بیکھاں اور اچھا کراں تتچھن پوری ہو جائے۔ تتچھن اچھا کوئی بھی نہیں پوری ہوندی، وقت لگتا ہے، سما لگتا ہے، اور اس دے لئی صبر چاہیدا ہے۔ شاید اس واسطے بابے فرید نے کہا ہے کہ صبر ایو سواو جے توں بندہ درڑ کریں، ود تھی وے دریاؤ ٹوٹ نہ تھی وے واہ۔ صابر بندے ساگر دی طرح ہو جاندے نے، چھوٹے چھوٹے ندی نالیاں دی طرح نہیں، اتے مہان ہو جاندے نے۔ پر صاحب کہنے چلو ایسا بھی ہو جائے کہ من دے چ جیڑی اچھا پیدا ہوئے اور زبان نال اس دی فوراً فرمائش ہوئے تے پورتی بھی ہے، اسے وقت اس اچھا دی پورتی بھی ہو جائے۔ چیز کرن من بھام دے ہر بجھن نہیں ہاریا۔ اگر اس طرح دا کوئی پھسے ہویا منک ہے محل ماڑیاں دے چھ، طرح طرح دے حرماں دے چھ، مہاراج کہندے اس نوں ہری دی سوج نہیں ہوندی، ہری دی سمجھ نہیں ہوندی، تے اے دے نال کی ہوندا ہے، او اپنا جیون ہار جاندا ہے۔ ایک جواری دھن ہاردا ہے، کوئی سمپدا ہاردا ہے، کوئی اپنے کپڑے ہاردا ہے، کوئی گہنے ہار دیندا ہے۔ اتہاس دے چھ ایسا بھی ذکر ہے کہ کوئی اپنی استری ہار دیندا سی جوئے دے چھ، پر اے تے بہت بڑا بدقسمت ہے، اے تے اپنے آپ نوں ہار کے چلے ہے۔ بھگت کبیر کہندے نے چلے جواری دوے ہتھ جھاڑ، اے دوویں ہتھ جھاڑ کے جواری جا رہے ہے، اے چار کندیاں تے کون جا رہے ہے، اے مرگڑ گھاڑ دی طرف کون جا رہے ہے، اے او جواری جو جیون ہار گئے ہے، زندگی ہار گئے ہے۔ جیتو تے او ہے کہ جنوں پرم زندگی مل جائے جے وچ موت نہ ہوئے، پر اے تے ہار کے جا رہے ہے، انہوں پرم زندگی نہیں ملی، انہوں پرم جیون نہیں ملیا، یہ ہار کے جا رہے ہیں۔ چلے جواری دوے ہتھ جار، تو صاحب کہندے نے چیز کرن من بھام دے ہر بجھن نہیں ہاریا، کر فرمائش کھایا ویخ محلت مرن وے ساریا۔ محلت محلات نو ویخ کے، اپنا لمبا چوڑا پسارا ویخ کے، تے طرح طرح دی فرمائش دی پورتی ویخ کے موت بھل گئی، جنم چیتے رہا، جیون چیتے رہا، مرن بھل گیا۔ دھرم دا جنم موت دے چنتن تو ہے، کال دے چنتن تو ہی اکال دا جنم ہے۔ جد کوئی کال دا چنتن کردا ہے، موت دا چنتن کردا ہے، تو ایسا ہوندا ہے کہ اس نوں او جیون پراپت ہو جاندا ہے جے وچ موت نہیں۔ آخر ایسی کی خوبی ہے موت دے چنتن دے چ، کیونکہ جس نوں اپنی موت چیتے ہے وہ کسے نال چھل نہیں کر سکے گا، کپٹ نہیں کر سکے گا، کسے دے جبر نہیں کر سکے گا، کسے نال دھوکھا نہیں کر سکے گا، کسے نال جھوٹ نہیں بول سکے گا، اور کسے دا کچھ ہتھیا نہیں سکے گا۔ اگر ہتھیایا اس نے اور اس دے چ اس نوں پورن طور تے سفلتا ملی ہے، تو سمجھ لینا اس نوں موت چیتے نہیں، جیون چیتے ہے، جنم چیتے ہے۔ ایسے منک دی درشٹی اپنے آپ دے چ نہیں ہوندی جو اسنتوشت ہے، او دی درشٹی پرائے گھر دے چ ہوندی ہے۔ اور یہی آچرن تو گری ہوئی گل گرو گرنتھ صاحب جی مہاراج نے من لی ہے کہ لوبھاد درشٹ پر گرہن جد بد آچرن۔ اگر درشٹی پرائے تن تے چ جو ہے ٹک گئی ہے تو درشٹی دوراچاری ہو گئی، اگر درشٹی پرائے دھن تے ٹک گئی تو درشٹی تے چور ہو گئی۔ جس دی درشٹ چور ہو گئی، جس دی درشٹ یار ہو گئی، انہوں ہتھاں پیراں نال وی چوری کردیاں دیر نہیں لگے گی، او دے ہتھ پیر جسم بھی دوراچاری ہوندیاں کوئی دیر نہیں لائے گا، کیونکہ درشٹی تے دوراچاری ہو گئی۔ اس واسطے گرو نانک دیو جی مہاراج کہندے نے مہان ہے او منک کہ درشٹ بیکاری بندھن باندھے ہوتاں کے بل جائیں،
जो अपनी दृष्टि नु बंधन पावे, पराए तन ते ना टिके, पराए धन ते ना टिके, पर अंदर असंतुष्टि है, तो ऐसे मनुख दी दृष्टि पराए धन ते ही टिकेगी, अपने धन ते टिक नहीं सकती, क्योंकि अपने धन दे चो संतुष्ट नहीं है, तो दृष्टि चली गई है पराए धन ते। अपने परिवार, अपनी पत्नी, ए विच ए संतुष्ट नहीं है, तो दृष्टि चली गई है पर नारी ते, तो दृष्टि ते दुराचारी हो गई, दृष्टि ते चोर हो गई, चारों पासे चोर दृष्टियां ही घूम रही ने, दुराचारी दृष्टियां ही घूम रही ने। जगत दा वातावरण बहुत मैला, बहुत मैला, क्योंकि हाथ पैरां दी इतनी लंबी पहुंच नहीं जितनी दृष्टि दी पहुंच है। अखां बहुत दूर तक वेखदियां ने, हाथ इतनी दूर तक नहीं जा सकते, पैर इतनी छेती इतनी दूर तक नहीं जा सकते जितनी दूर तक और जितनी जल्दी दृष्टि चली जाती है। पर दृष्टि दुराचारी होवे, दृष्टि चोर होवे, क्योंकि जिस दे अंदर असंतुष्टि है उदी दृष्टि बार बार दूसरियां दे तन ते टिकेगी। जिस दे अंदर असंतुष्टि है उदी दृष्टि बार बार दूजियां दे धन ते टिकेगी, और जे दूजियां दे धन ते टिकी है तो दूजे दा धन खतरे दे च है, दूजे दे तन ते टिकी है तो दूजे दी असमत खतरे दे च है। असंतुष्ट मनुखां करके संसार दे च किसी दी असमत खतरे दे च है, किसी दी धन संपदा खतरे दे च है। इस वास्ते धर्म दा मूल गुण है संतुष्ट होना। साहिब कहिंदे ने महलात नूं वेख के मरना भोली गया और दृष्टि चारों पासे संसार विच भटक रही है। एक दिन ऐसा होया कि जर आई बुढ़ेपा आ गया, वृद्धावस्था आ गई, जोबन हारिया, जर आई जोबन हारिया, जर बुढ़ेपा आया है, इन्हें जवानी नू हरा दिता है। अक्सर असी ऐसा सुनते हैं ते देखते हैं कि जवानी बुढ़ेपे नू हरा देंदी है। अगर एक बुढ़ा एक जवान तो लड़न तो स्पष्ट है जवान जीत जाएगा, बुढ़ा हार जाएगा। एक बुढ़ा होवे एक जवान होवे जवानी जीतेगी, एक बुढ़ा दौड़ लावे एक जवान दौड़े बुढ़ा रह जाएगा पीछे, जवान अग्गे निकल जाएगा। पर साहिब कहंदे ने बुढ़ेपा वास्तविक अपने आप विच इतना प्रबल है जद किसे ते आउंदा है जवानी हार जांदी है, जोबन हार जांदा है, जोबन दे उपर ही टूट पैंदा है बुढ़ेपा। व्यक्तिगत तल ते जद बुढ़ेपा आउंदा है, जर अवस्था आउंदी है, जवानी रुखसत हो जांदी है, जवानी नूं मिटा के रख देंदा है। इस वास्ते देखण दे चाहे कि जीवदियां जीवी मनुख दो दफा मरदा है। किसी जवान नूं पुछीए तेरा बचपना किथे गया, कहिंदा मर गया। किसी बुढ़े नूं पुछीए तेरी जवानी किथे गई, कहिंदा मर गई। ते जवानी नूं किसने मारिया, बुढ़ेपे ने। बचपने नूं मारिया जवानी ने, ठीक है जवानी बलवान है बचपने नूं मार गई, पर एक पासे बुढ़ेपा इतना बलवान है जवानी नूं मार गया। साहिब कहिंदे जर आई जोबन हारिया, इधर बुढ़ेपा आया इधर जवानी हार गई, ते जैसे जवानी हार गई ए हरम बेमजा हो गए, ए महल माड़ियां बेरसियां हो गईयां, ए रूप रंग सब बेरसे हो गए, सब फिक्के पै गए। साहिब श्री गुरु नानक देव जी महाराज फरमान करदे ने कि तू वास्तविक व्यक्तिगत असंतुष्टि नू पैदा कर, ताकि तू अपने अंदरों परमात्मा नू प्रगट कर सकें ते परमात्मा नू प्राप्त कर सकें, मन नू प्राप्त कर सकें, मन नू प्राप्त कर सकें, मन नू प्राप्त कर सकें।